ਤੇਰੀ ਬਾਂਹ ਫੜਦੇ ਫਿਰ ਛੋੜਦੇ ਨਹੀਂ, ਬਾਪੂ ਯਾਦ ਰੱਖੀ ਉਹ ਗੱਲ ਵੇ ਮੇਰੀ ਬਾਨਾ ਛੋੜੀ ਵੇ। ਕੌਣ ਕੌਣ ਕਹਿੰਦਾ, ਕੌਣ ਕੌਣ ਕਹਿੰਦਾ ਮੇਰੀ ਬਾਨਾ ਛੋੜੀ ਵੇ, ਵੇ ਮੇਰੀ ਬਾਨਾ ਛੋੜੀ ਵੇ। ਬਾਪੂ ਲਾਲ ਬਾਦਸ਼ਾਹ ਨੂੰ ਕੌਣ ਕੌਣ ਕਹਿ ਰਿਹਾ ਬਈ, ਪਤਾ ਲੱਗੇ ਜਰਾ। ਮੇਰੀ ਬਾਨ, ਤੁਹਾਡੀ ਤਾੜੀ ਦੀ ਆਵਾਜ਼ ਆ ਗਈ, ਜੇ ਤੁਹਾਡੀ ਤਾੜੀ ਦੀ ਆਵਾਜ਼ ਆਈ ਤਾਂ ਮੇਰਾ ਗਾਣਾ ਪਾਸ ਆ, ਨਹੀਂ ਤਾਂ ਫੇਲ ਹੈ। ਹੁਣ ਜਾਂ ਤਾਂ ਉਹਨਾਂ ਦਾ ਕਰਮ ਬੋਲੇਗਾ, ਮੇਰੀ ਬਾਨਾ ਛੋੜੀ ਵੇ ਸਾਹਿਬਾ ਮੈਂ ਲੜ ਲੱਗ ਗਈ ਦੇਰ, ਮੇਰੀ ਬਾਨਾ ਛੋੜੀ ਲੜ ਲੱਗ ਗਈ ਤੇ, ਮੇਰੀ ਬਾਨਾ ਛੋੜੀ ਦੇ ਸਾਹਿਬਾ ਮੈਂ ਲੜ ਲੱਗ ਗਈ ਤੇ, ਓ ਮੈਂ ਲੜ ਲੱਗ ਗਈ ਤੇਰੇ ਸਾਹਿਬਾ, ਮੈਂ ਲੜ ਲੱਗ ਗਈ ਤੇ ਆ।
ਸਰਦਾਰ ਮੈਂ ਤੇਰੀ ਵਰਦੀ ਹੱਥ ਬਣ ਕੇ ਮੈਂ ਅਰਜ਼ਾ ਕਰਦੀ ਵੇ ਜ਼ਰਾ ਅੱਖੀਆਂ ਜੋੜੀ ਵੇ ਸਾਹਿਬਾ ਮੈਂ ਲੜ ਲੱਗ ਗਈ ਤੇ ਬਹੁਤ ਬਹੁਤ ਧੰਨਵਾਦ ਜੀ ਜਨਾਬ ਲਖਵਿੰਦਰ ਵਡਾਲੀ ਜੀ ਬਹੁਤ ਖੂਬਸੂਰਤ ਅੱਜ ਇਸ ਮਹਿਫਲ ਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਆਪਣੇ ਖੂਬਸੂਰਤ ਗੀਤਾਂ ਨਗਮਿਆਂ ਦੇ ਨਾਲ ਰੰਗ ਭਰਿਆ ਤਹਿ ਦਿਲ ਤੋਂ ਧੰਨਵਾਦ ਜੀ ਔਰ ਚੇਚੇ ਤੌਰ 'ਤੇ ਅੱਜ ਇਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਮੰਚ 'ਤੇ ਆਏ ਨੇ ਸਰਦਾਰ ਅਮਰਜੀਤ ਸਿੰਘ ਜੀ ਸਮਰਾ ਸਾਹਿਬ ਫਾਰਮਰ ਕੈਬਨਿਟ ਮਿਨਿਸਟਰ ਪੰਜਾਬ ਸੋ ਮੈਂ ਸਮਰਾ ਸਾਹਿਬ ਹੋਰਾਂ ਦਾ ਔਰ ਉਹਨਾਂ ਦੇ ਨਾਲ ਜਿੰਨੀਆਂ ਵੀ ਉੱਘੀਆਂ ਸ਼ਖਸੀਅਤਾਂ ਆਈਆਂ ਨੇ ਸਭ ਦਾ ਇੱਥੇ ਪਹੁੰਚਣ 'ਤੇ ਨਿੱਘਾ ਇਸਤਕਬਾਲ ਕਰਦੇ ਹਾਂ ਧੰਨਵਾਦੀ ਹੈ ਕੇ ਕੇ ਖੱਟਰ ਸਾਹਿਬ ਜਿਹੜੇ ਚੇਚੇ ਤੌਰ 'ਤੇ ਪੁੱਜੇ ਨੇ ਅਸ਼ਵਨੀ ਕੋਹਲੀ ਜੀ ਫਾਰਮਰ ਐਮ ਸੀ ਸਾਹਿਬ ਬੀ ਕੇ ਕੌਂਸਲਰ ਸਾਹਿਬ ਤਰਲੋਚਨ ਤਿਵਾਨ ਜੀ ਹਾਂਜੀ ਸੋ ਹੁਣ ਅਗਲਾ ਜਿਹੜਾ ਸਨਮਾਨ ਹੈ ਉਚੇਚੇ ਤੌਰ 'ਤੇ ਸਰਦਾਰ ਅਮਰਜੀਤ ਸਿੰਘ ਜੀ ਸਮਰਾ ਸਾਹਿਬ ਸਾਬਕਾ ਕੈਬਨਿਟ ਮੰਤਰੀ ਪੰਜਾਬ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਔਰ ਜਿਹੜੇ ਮਾਰਕਫੈਡ ਦੇ ਇਸ ਵਕਤ ਚੇਅਰਮੈਨ ਨੇ ਪੰਜਾਬ ਸਰਕਾਰ ਦੇ ਵਿੱਚ ਅਤੇ ਮੈਂ ਚਾਹਾਂਗਾ ਕਿ 2 ਮਿੰਟ ਵਾਸਤੇ ਸੰਗਤ ਤੁਹਾਡੇ 2 ਬੋਲ ਸੁਣਨਾ ਚਾਹੁੰਦੀ ਹੈ ਸਾਰੀ ਸੰਗਤ ਨੂੰ ਤੁਸੀਂ ਆਪਣੇ ਮੁਖਾਰਬਿੰਦ ਤੋਂ ਮੁਬਾਰਕਬਾਦ ਦਿਓ ਜੀ ਸਤਿਕਾਰਯੋਗ ਭੈਣੋ ਭਰਾਏ ਅਤੇ ਪਿਆਰੇ ਸਾਥੀਓ ਅੱਜ ਦਾ ਇਹ ਮਹਾਨ ਇਕੱਠ ਹਰ ਸਾਲ ਦੀ ਤਰ੍ਹਾਂ ਇਸ ਜਗ੍ਹਾ 'ਤੇ ਬਾਬਾ ਲਾਲ ਪਾਤਸ਼ਾਹ ਜੀ ਦੀ ਪਵਿੱਤਰ ਜਗ੍ਹਾ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਆਏ ਹਾਂ ਮੈਂ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਸ਼ੁਭ ਪਵਿੱਤਰ ਦਿਹਾੜੇ ਦੇ ਉੱਤੇ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਔਰ ਖਾਸ ਕਰਕੇ ਪ੍ਰਬੰਧਕਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਅਰੇਂਜਮੈਂਟ ਕਰਕੇ
ਇੰਨੇ ਆਏ ਲੋਕਾਂ ਦਾ ਮਾਣ ਸਤਿਕਾਰ ਪੂਰੇ ਆਪਣੇ ਦਿਲੋਂ ਕਰਦੇ ਹੋਏ ਇਸ ਜਗ੍ਹਾ 'ਤੇ ਪਵਿੱਤਰ ਸਥਾਨ ਦੇ ਉੱਤੇ ਤੁਹਾਡਾ ਇੱਕ ਇੱਕ ਕਦਮ ਸਾਡੇ ਪ੍ਰਬੰਧਕਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਜੈ ਸ਼੍ਰੀ ਬਾਬਾ ਲਾਲ ਪਾਤਸ਼ਾਹ ਜੀ।